ਨਸ਼ਾ ਮਿਲੂਗਾ ਕਿੱਥੋਂ ਮੈਨੂੰ ਇਸ ਵੇਲੇ? ਕਿੱਥੋਂ ਲਿਆਊਗਾ? ਨਸ਼ੇ ਦੀ ਗੋਲੀ ਮਿਲ ਜਾਣਗੇ ਉਹਨੂੰ? ਕਰਫਿਊ ਦੌਰਾਨ ਜਦ ਲੋਕ ਆਪਣੇ ਘਰਾਂ 'ਚ ਬੜੇ ਬੈਠੇ ਨੇ ਅਤੇ ਕੋਰੋਨਾ ਦੀ ਮਾਰ ਤੋਂ ਬਚਣ ਲਈ ਘਰਾਂ ਤੋਂ ਬਾਹਰ ਵਹੀ ਨਹੀਂ ਨਿਕਲ ਰਹੇ, ਅਜਿਹੇ 'ਚ ਸਮਾਜ ਸੇਵੀਆਂ ਵੱਲੋਂ ਗਰੀਬ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ। ਪਰ ਕੁਝ ਲੋਕ ਅਜਿਹੇ ਨੇ ਜਿਹੜੇ ਰਾਸ਼ਨ ਦੀ ਥਾਂ ਕੁਝ ਹੋਰ ਹੀ ਮੰਗ ਰਹੇ ਨੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇੱਕ ਜਨਾਨੀ, ਹੱਟੇ ਕੱਟੇ ਭਲਵਾਨਾਂ ਵਰਗੇ ਨੌਜਵਾਨ ਜੋ ਰਾਸ਼ਨ ਵੰਡ ਰਹੇ ਸਨ, ਉਹਨਾਂ ਕੋਲੋਂ ਕੁਝ ਅਜਿਹਾ ਮੰਗ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਸ਼ਰਮ ਨਾਲ ਝੁੱਕ ਜਾਣਗੀਆਂ। ਬੇਸ਼ਰਮੀ ਦੀ ਹੱਦ ਪਾਰ ਕਰਦੀ ਜਨਾਨੀ ਦੀ ਆ ਵੀਡੀਓ ਤੁਸੀਂ ਆਪ ਹੀ ਦੇਖ ਲਓ। ਇਹ ਅੱਜ ਦਾ ਸਾਰਾ ਲੰਗਰ 5 ਸਦੱਸੀ ਟੀਮ, ਜੈਦੇਵ ਹੋਰ ਬੋਲੇ, ਕਿਹੜੇ ਕਿਹੜੇ ਨਾਮ ਹੈ ਭਾਜੀ? ਬੋਵੀ ਨਾਗਪਾਲ, ਹੋਰ ਗਗਨਦੀਪ, ਗਗਨਦੀਪ ਵਿਜੇ ਕੁਮਾਰ, ਵਿਜੇ ਕੁਮਾਰ, ਗੁਰਮੀਤ ਸਿੰਘ, ਗੁਰਮੀਤ ਸਿੰਘ। ਇਹ ਪੰਜਾਂ ਦਾ, ਪੰਜਾਂ ਨੇ ਰਾਸ਼ਨ ਇਹ ਲੰਗਰ ਤਿਆਰ ਕੀਤਾ ਅੱਜ। ਲੰਗਰ ਪਿਆ ਹੁਣ ਦਾਲ ਪਿਆ, ਦਾਲ ਉਹਨੂੰ ਦੇ ਯਾਰ ਚੁੱਕੀ ਥੱਲੇ। ਆ ਗਏ ਬਸ ਦੇ ਕੇ ਲਾਸਟ ਰਹਿ ਗਿਆ। ਫੁਲਕੇ ਬਣਾ ਲਈ, ਹੋਰ ਦੇ ਦੇ ਇੱਕ ਦਾਲ, ਇਹਨੂੰ ਦਾਲ ਹੋਰ ਦੇ ਦੇ ਇੱਕ ਯਾਰ, ਲੈ ਲੈ ਦਾਲ ਦੇ ਦੇ ਯਾਰ। ਦਾਲ ਕਿੰਨੀਆਂ ਰਹਿ ਗਈਆਂ? ਦਾਲ ਤਾਂ ਕਰੇ ਆਲੇ 100 ਪੈਕਟ ਦਾਲ ਪਏ ਆ ਤੇ ਫੁਲਕੇ ਤਿਆਰ। ਹਾਲੀ ਹੋਈ ਵੀ ਗਿਆ ਹੂੰ। ਮੈਂ ਕਿਹਾ ਮੈਂ ਘਰਾਂ ਨਸ਼ੇ ਤੋਂ ਮਰੀ ਜਾਂਦਾ, ਕੋਈ ਹੈਗਾ ਤਾਂ ਕੋਈ ਪੈਸੇ ਲੱਗ ਜੇ। ਨਸ਼ੇ ਦੀ ਗੋਲੀ ਮਿਲ ਜਾਣਗੇ ਉਹਨੂੰ? ਦਵਾਈ ਮਿਲ ਜੂਗੀ ਨਸ਼ੇ ਦੀ ਉਹਨੂੰ ਠੀਕ ਕਰਨ ਵਾਲੀ? ਠੀਕ ਜੇ 20-40 ਸਾਲ ਦਾ ਖਾਂਦਾ ਠੀਕ ਕਰ ਦਿੰਦੇ ਨਾ, ਨਾ ਪੈਸੇ ਦੀ ਨਹੀਂ ਹੈਗੀ। ਆਹ ਦੇਖ ਲਓ ਸਮੱਸਿਆਵਾਂ ਲੋਕਾਂ ਦੀਆਂ ਜੀ, ਨਸ਼ੇ ਵਾਸਤੇ ਪੈਸੇ ਦਿਓ, ਕੀ ਬੰਦਾ ਕਰ ਸਕਦਾ? ਨਸ਼ੇ ਦੀ ਪ੍ਰੋਬਲਮ ਵੀ ਅਜੇ ਤੱਕ ਸੁਧਰੀ ਨਹੀਂ ਆਪਣੇ ਪੰਜਾਬ ਦੇ ਵਿੱਚ। ਦਾਲ ਦੇ ਦੇ, ਦਾਲ ਦੇ, ਦਾਲ ਨਹੀਂ ਬਈ, ਕੱਲ ਫੇਰ ਆਵਾਂਗੇ। ਸਮੱਸਿਆਵਾਂ ਲੋਕਾਂ ਦੀਆਂ ਬਹੁਤ ਨੇ, ਪਰਮਾਤਮਾ ਹੀ ਸੰਭਾਲੀ ਖੜਾ ਦੇਸ਼ ਨੂੰ, ਵਾਕਿਆ ਬੰਦੇ ਦੇ ਵਾਸਤੇ ਕੁਛ ਨਹੀਂ ਹੈਗਾ। ਜਿਹੜੇ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਸਰਕਾਰ ਕਰਦੀ ਸੀ ਤੇ ਆਏ ਦਿਨ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੇ ਸਨ। ਅਜਿਹੇ 'ਚ ਜੋ ਕੰਮ ਸਰਕਾਰਾਂ ਨਾ ਕਰ ਸਕੀਆਂ ਉਸ ਨਸ਼ੇ ਦਾ ਲੱਕ ਇਸ ਕੋਰੋਨਾ ਨੇ ਜ਼ਰੂਰ ਤੋੜ ਕੇ ਰੱਖ ਦਿੱਤਾ, ਕਿਉਂਕਿ ਕਰਫਿਊ ਦੌਰਾਨ ਸਾਰੇ ਨਸ਼ੇੜੀ ਅਤੇ ਨਸ਼ਾ ਵੇਚਣ ਵਾਲੇ ਕੋਰੋਨੇ ਤੋਂ ਬਚਣ ਲਈ ਪੰਜਾਬ ਪੁਲਿਸ ਦੇ ਡੰਡੇ ਤੋਂ ਡਰਦੇ ਆਪੋ ਆਪਣੇ ਘਰਾਂ 'ਚ ਲੁਕੇ ਬੈਠੇ ਨੇ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।